ਬੰਜੋਰ ਤੋਂ ਤੁਤੀ ਰਕਾਸੀ ਕਿਵੇਂ ਆ ਦੋਸਤੋ ਹੋਰ ਸਭ ਠੀਕ ਠਾਕ ਹੋਵੋਗੇ ਅਤੇ ਅੱਜ ਕਈ ਵੀਰਾਂ ਨੇ ਪਹਿਲਾਂ ਵੀ ਕਮੈਂਟ ਕਰੇ ਸੀ ਵੀ ਇਟਲੀ ਦੇ ਪਤੈਂਤੇ ਕਿਵੇਂ ਬਣਦੇ ਨੇ ਪਤੈਂਤੇ ਦੀ ਗੁਵੀਦਾ ਕਿਵੇਂ ਬਣਦਾ ਅਤੇ ਜਿਹਨੂੰ ਆਪਾਂ ਡਰਾਈਵਰੀ ਲਾਇਸੈਂਸ ਕਹਿ ਦਿੰਦੇ ਇੰਡੀਆ 'ਚ ਅਤੇ ਉਹਦੇ ਸੰਬੰਧ 'ਚ ਆਪਾਂ ਵੀਡੀਓ ਬਣਾਈ ਆ ਅਤੇ ਜ਼ਰੂਰੀ ਵੀ ਹੈਗੀ ਆ ਪੇਪਰ ਆ ਜਾਂਦੇ ਨੇ ਆਪਣੇ ਕੋਲ ਡਰਾਈਵਰੀ ਲਾਇਸੈਂਸ ਜ਼ਰੂਰੀ ਹੁੰਦਾ ਵਧੀਆ ਜੋਬ ਮਿਲ ਜਾਂਦੀ ਆਪਾਂ ਨੂੰ ਕਈ ਵਾਰ ਐਂ ਹੁੰਦਾ ਆਪਾਂ ਨੂੰ ਜੋਬ ਮਿਲਦੀ ਆ ਬਹੁਤ ਵਧੀਆ ਅਤੇ ਆਪਣੇ ਪਤੈਂਤਿਆਂ ਕਰਕੇ ਡਰਾਈਵਰ ਲਾਇਸੈਂਸ ਕਰਕੇ ਆਪਣੇ ਹੱਥੋਂ ਨਿਕਲ ਜਾਂਦੀ ਆ ਅਤੇ ਉਹੀ ਸੰਬੰਧ 'ਚ ਅੱਜ ਆਪਾਂ ਵੀਡੀਓ ਬਣਾਉਣੀ ਆ ਵੀ ਡਰਾਈਵਰੀ ਲਾਇਸੈਂਸ ਜਦੋਂ ਬਣਾਉਣਾ ਵੀ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆਪਾਂ ਨੇ ਅਤੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਪੈਂਦੀ ਹੈ ਅਤੇ ਕਿੰਨੀ ਫੀਸ ਆਉਂਦੀ ਹੈ ਅਤੇ ਕਿੰਨਾ ਟਾਈਮ ਲੱਗ ਜਾਂਦਾ ਅੱਜ ਆਪਾਂ ਉਹਦੇ ਸੰਬੰਧ 'ਚ ਗੱਲ ਕਰਨੀ ਆ ਇਹ ਮੇਰਾ ਵੱਡਾ ਭਾਈ ਆ ਅਸੀਂ ਕਾਫੀ ਸਮਾਂ ਇਟਲੀ 'ਚ ਰਹੇ ਹਾਂ ਨਤੂਨੋ ਰਹੇ ਹਾਂ ਕਾਫੀ ਲੰਬਾ ਟਾਈਮ ਅਸੀਂ ਕੰਮ ਕਰਿਆ ਸੀ ਅਤੇ ਉਹ ਵੀਰ ਭਾਈ ਨਾਲ ਆਪਾਂ ਗੱਲ ਕਰਾਂਗੇ ਅਤੇ ਅਗਲੀ ਇੱਕ ਵੀਡੀਓ ਬਣਾਵਾਂਗੇ ਅਤੇ ਉੱਥੇ ਹਾਲਾਤ ਬਾਰੇ ਬਣਾਵਾਂਗੇ ਆਪਾਂ ਵੀ ਉੱਥੇ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਆਪਾਂ ਕੁਝ ਗੱਲਾਂ ਹੋਣਗੀਆਂ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ ਅੱਜ ਸਿਰਫ ਵੀਡੀਓ ਬਣਾਉਣੀ ਆ ਆਪਾਂ ਡਰਾਈਵਰੀ ਲਾਇਸੈਂਸ ਬਾਰੇ ਹੋਰ ਵੀਰੇ ਕਿਵੇਂ ਸਿਮੀ ਪਹਿਲਾਂ ਸਭ ਤੋਂ ਸਤਿ ਸ਼੍ਰੀ ਅਕਾਲ ਜੀ ਮੇਰੇ ਦੇਖਦੇ ਯੂਟਿਊਬ ਚੈਨਲ ਵਾਲੇ ਸਾਰੇ ਮੇਰੇ ਵੀਰ ਭੈਣਾਂ ਦਾ ਹਾਂਜੀ ਸਭ ਵਧੀਆ ਸਭ ਠੀਕ ਠਾਕ ਹੈ ਜੀ ਹਾਂਜੀ ਆਪਾਂ ਪਤੈਂਤੇ ਦੀ ਗੱਲ ਕਰ ਰਹੇ ਸੀ ਆਪਣੇ ਵੀਰ ਇਹ ਪਤੈਂਤੇ ਹੁੰਦਾ ਜਿਹੜਾ ਆਪਣਾ ਲਾਇਸੈਂਸ ਆ ਇਹਨੂੰ ਲਾਇਸੈਂਸ ਬੀ ਆਖਿਆ ਜਾਂਦਾ ਗਾ ਜਿਹੜਾ ਇਹਦੇ ਨਾਲ ਆਪਾਂ ਗੱਡੀ ਵੀ ਚਲਾ ਸਕਦੇ ਹਾਂ ਕੋਈ ਸਕੂਟਰ ਮੋਟਰਸਾਈਕਲ ਚਲਾ ਸਕਦੇ ਹਾਂਗੇ ਅਤੇ ਇਹਦਾ ਵੀਰੋ ਇਹ ਹਿਸਾਬ ਦਾ ਹੁੰਦਾ ਸਭ ਤੋਂ ਪਹਿਲਾਂ ਆਪਾਂ ਨੂੰ ਡਾਕੂਮੈਂਟ ਜ਼ਰੂਰੀ ਨੇਗੇ ਜਿਵੇਂ ਕਿ ਇਟਲੀ ਦੇ ਵਿੱਚ ਪਰਮੇਸ਼ੁਰ ਦੀ ਸੰਜੋਰ ਹੋਵਾਂਗਾ ਉਹ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਨੇ ਲਾਇਸੈਂਸ ਕਰਨ ਲੱਗਣਾ ਗਾ ਤਾਂ ਆਪਣੀਆਂ ਜ਼ਿਆਦਾਤਰ ਆਪਣੇ ਇਟਲੀ ਦੇ ਵਿੱਚ ਪੰਜਾਬੀ ਵੀਰ ਅਤੇ ਪਾਕਿਸਤਾਨੀ ਵੀਰ ਆਪਣੀਆਂ ਔਨਲਾਈਨ ਕਲਾਸਾਂ ਲਗਾ ਰਹੇ ਨੇਗੇ ਅਤੇ ਉਹਦੇ ਨਾਲ ਆਪਾਂ ਨੂੰ ਬਹੁਤ ਸੌਖਾ ਹੈਗਾ ਪੜ੍ਹਨਾ ਅਤੇ ਕੁਛ ਜਿਵੇਂ ਆਪਾਂ ਇਟਾਲੀਅਨ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਦੇ ਹਾਂ ਉੱਥੇ ਸਾਨੂੰ ਨਈ ਚੀਜ਼ਾਂ ਦੀ ਸਮਝ ਆਉਂਦੀ ਕਿ ਕਈ ਇਹੋ ਜਿਹੇ ਵਰਡ ਹੁੰਦੇ ਨੇਗੇ ਅਤੇ ਜਿਹੜੇ ਆਪਣੇ ਵੀਰ ਪਾਕਿਸਤਾਨੀ ਜਾਂ ਆਪਣੇ ਇੰਡੀਅਨ ਵੀਰ ਜਿਹੜੇ ਸਮਝਾ ਰਹੇ ਨੇ ਉਹ ਸਾਨੂੰ ਕੁਛ ਟਰਾਂਸਲੇਟ ਇੱਦਾਂ ਕਰਕੇ ਸਮਝਾਉਂਦੇ ਨੇ ਵੀ ਅਸੀਂ ਆਟੋਮੈਟਿਕ ਸਾਡੇ ਮਾਇੰਡ ਦੇ ਵਿੱਚ ਚੀਜ਼ਾਂ ਇੱਦਾਂ ਵੜ ਜਾਂਦੀਆਂ ਨੇਗੀਆਂ ਕਿ ਮੁੜ ਕੇ ਨਿਕਲ ਨਹੀਂ ਸਕਦੀਆਂ ਹੈਗੀਆਂ ਇਹ ਲਾਇਸੈਂਸ ਪਤੈਂਤੇ ਵੀ ਹੈਗਾ ਅਤੇ ਇਹਦੇ ਵਿੱਚ 40 ਕੁਐਸਚਨ ਹੁੰਦੇ ਨੇਗੇ ਉਹਦੇ ਵਿੱਚੋਂ ਸਾਨੂੰ 36 ਠੀਕ ਕਰਨੇ ਪੈਂਦੇ ਨੇਗੇ ਤਕਰੀਬਨ ਅਸੀਂ 3-4 ਮਹੀਨੇ ਕਲਾਸਾਂ ਲਾ ਕੇ ਵੀ ਸਾਡੀ ਜਦੋਂ ਪ੍ਰੈਕਟਿਸ ਹੋ ਜਾਂਦੀ ਹੈਗੀ ਅਸੀਂ ਆਟੋਮੈਟਿਕੀ ਜਾਣੀ ਆਪਣੀਆਂ ਜਿਹੜੀਆਂ ਗਲਤੀਆਂ ਨੇਗੀਆਂ ਉਹਨਾਂ ਨੂੰ ਬਿਲਕੁਲ ਅਸੀਂ ਦੂਰ ਕਰ ਲੈਂਦੇ ਹਾਂਗੇ ਜਦੋਂ ਆਪਣੇ ਇੱਕੋ ਕੁਐਸਚਨ ਨੇ ਵਾਰ ਵਾਰ ਆਪਣੇ ਮਾਇੰਡ ਦੇ ਵਿੱਚ ਜਾਣਾ ਗਾ 8000 ਕੁਐਸਚਨ ਹੁੰਦਾ ਗਾ ਉਹਦੇ ਵਿੱਚੋਂ ਆਪਾਂ ਨੂੰ 40 ਆਉਂਦੇ ਹੁੰਦੇ ਨੇਗੇ 40 ਦੇ ਵਿੱਚੋਂ ਆਪਾਂ ਨੇ 36 ਠੀਕ ਕਰਨੇ ਨੇਗੇ ਅਤੇ ਤਕਰੀਬਨ ਜਿਹੜੇ ਵੀਰ 4-5 ਮਹੀਨੇ ਕਲਾਸਾਂ ਲਗਾ ਲੈਂਦੇ ਨੇਗੇ ਮੇਰੇ ਹਿਸਾਬ ਦੇ ਨਾਲ ਉਹ ਗਲਤੀਆਂ ਨਹੀਂ ਕਰਦੇ ਗੇ ਕਿਉਂਕਿ ਵੀਰੋ ਜਦੋਂ ਆਪਾਂ ਨੇ ਹੈ ਨਾ ਪਤੈਂਤੇ ਕਰਨਾ ਗਾ ਪਤੈਂਤੇ ਕਰਨ ਤੋਂ ਪਹਿਲਾਂ ਆਪਾਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਕਰਨਾ ਗਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬੋਲੀ ਦਾ ਜੇ ਆਪਾਂ ਨੂੰ 30% ਵੀ ਬੋਲੀ ਆਉਂਦੀ ਹੈ ਨਾ ਆਪਾਂ ਕਲੀਅਰ ਕਰ ਸਕਦੇ ਹਾਂਗੇ ਉਹ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਣੀਆਂ ਉਹਦੇ ਵਿੱਚ ਕੁਛ ਗਲਤੀਆਂ ਹੁੰਦੀਆਂ ਨੇਗੀਆਂ ਜਿਵੇਂ ਹੁਣ ਆਪਣੇ 10 ਕੁਐਸਚਨ 20 ਕੁਐਸਚਨ 30 ਕੁਐਸਚਨ ਜਿੰਨੇ ਵੀ ਨੇ ਉਹਦੇ ਵਿੱਚ ਤੁਹਾਡੀਆਂ 5-6 ਗਲਤੀਆਂ ਹੁੰਦੀਆਂ ਨੇਗੀਆਂ ਪਹਿਲਾਂ ਉਹ ਜਿਹੜੀਆਂ ਗਲਤੀ ਹੁੰਦੀਆਂ ਨੇ ਅਸੀਂ ਉੱਥੇ ਜਾਈਏ ਵੀ ਸਾਡੀ ਗਲਤੀ ਕਿੱਥੋਂ ਹੋਈ ਹੈਗੀ ਉਹ ਤੋਂ ਬਾਅਦ ਮੁੜ ਕੇ ਅਸੀਂ ਉਹ ਗਲਤੀ ਨਾ ਕਰ ਸਕੀਏ ਅਤੇ ਉਸ ਤੋਂ ਬਾਅਦ ਵੀਰੋ ਜਦੋਂ ਆਪਾਂ ਨੇ ਲਾਇਸੈਂਸ ਆਪਣੇ 40 ਦੇ ਵਿੱਚੋਂ 36 ਠੀਕ ਹੋ ਗਏ ਸਾਡੀ ਜਿਹੜੀ ਥਿਊਰੀ ਆ ਉਹ ਕੰਪਲੀਟ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਸਾਡੇ ਗੁਈਦੇ ਸ਼ੁਰੂ ਹੁੰਦੇ ਨੇਗੇ ਗੁਈਦਿਆਂ ਦੇ ਵਿੱਚ ਸਾਨੂੰ ਉਹਨਾਂ ਨੇ 11 ਜਾਂ 12 ਗੁਈਦੋ ਅਲੱਗ ਅਲੱਗ ਜ਼ਿਲ੍ਹੇ ਦਾ ਹਿਸਾਬ ਕਿਤਾਬ ਹੈਗਾ ਉਹਨਾਂ ਨੇ ਓਬਲੀਗੋ ਕੀਤੇ ਹੋਏ ਨੇਗੇ ਜਿਹਨਾਂ ਨੂੰ ਆਪਾਂ ਲਾਜ਼ਮੀ ਕਹਿ ਸਕਦੇ ਹਾਂਗੇ ਚਾਹੇ ਸਾਨੂੰ ਗੱਡੀ ਆਉਂਦੀ ਹੈ ਚਾਹੇ ਨਹੀਂ ਆਉਂਦੀ ਸਾਨੂੰ 12 ਗੁਈਦੇ ਉਹਨਾਂ ਨੇ ਕਰਨਾ ਹੀ ਕਰਨੇ ਨੇਗੇ ਕਿਸੇ ਏਰੀਏ ਦੇ ਵਿੱਚ 11 ਕਿਸੇ 'ਚ 12 ਕਿਸੇ 'ਚ 10 ਵੀ ਹੋ ਜਾਂਦੇ ਨੇਗੇ ਉਹਦੇ ਵਿੱਚ 1 ਘੰਟੇ ਦਾ ਗੁਈਦਾ ਕਰਾਉਂਦੇ ਨੇਗੇ ਉਹਦੇ ਵਿੱਚ 40 ਯੂਰੋ ਉਹਨਾਂ ਦੀ 1 ਘੰਟੇ ਦੀ ਫੀਸ ਹੈਗੀ ਜਾਣੀ ਆਪਾਂ 500 ਰੁਪਏ ਆਪਣਾ ਮੰਨ ਕੇ ਚੱਲੀਏ ਵੀ 500 ਰੁਪਏ ਆਪਣਾ ਗੁਈਦਿਆਂ 'ਤੇ ਖਰਚ ਆਉਂਦਾ ਹੀ ਆਉਂਦਾ ਗਾ ਉਹ ਤੋਂ ਬਾਅਦ ਜਦੋਂ ਸਾਡਾ ਐਗਜ਼ਾਮੀਨਰ ਨੇ ਐਗਜ਼ਾਮ ਲੈਣ ਆਉਣਾ ਗਾ 70 ਰੁਪਏ ਉਹਦੀ ਫੀਸ ਹੁੰਦੀ ਹੈਗੀ ਆਪਣਾ ਟੋਟਲ ਖਰਚਾ ਮੰਨ ਕੇ ਚੱਲੀਏ ਵੀ ਅਸੀਂ 1500 ਦੇ ਵਿੱਚ ਲਾਇਸੈਂਸ ਕਰ ਸਕਦੇ ਹਾਂ ਜਿਹੜੇ ਆਪਣੇ ਇੰਡੀਅਨ ਵੀਰ ਕਲਾਸਾਂ ਲਵਾਉਂਦੇ ਨੇ ਘਰ ਦੇ ਵਿੱਚ ਔਨਲਾਈਨ ਉਹ ਕੋਈ 500 ਰੁਪਇਆ ਲੈਂਦਾ ਕੋਈ 300 ਲੈਂਦਾ ਕੋਈ 400 ਲੈਂਦਾ ਗਾ ਉਸ ਤੋਂ ਬਾਅਦ ਵੀਰੋ ਜਿਹੜੀ ਹੁੰਦੀ ਹੈਗੀ ਆਪਣੀ ਫੀਸ ਭਰਨੀ ਹੁੰਦੀ ਹੈਗੀ ਆਪਾਂ ਨੇ ਜਾ ਕੇ ਉੱਥੇ ਸਕੂਲ ਦੇ ਵਿੱਚ ਅਤੇ ਇੰਨਾ ਕਿ ਇਹਦਾ ਪ੍ਰੋਸੈਸ ਹੈਗਾ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਅਤੇ ਬਾਕੀ ਕੋਈ ਹੋਰ ਵੀ ਕਿਸੇ ਚੀਜ਼ ਦੀ ਤੁਹਾਨੂੰ ਹੈਲਪ ਚਾਹੀਦੀ ਹੋਈ ਜਾਂ ਕਿਸੇ ਆਪਣੇ ਇੰਡੀਅਨ ਵੀਰ ਜੋ ਕਰਾ ਰਹੇ ਨੇ ਜਾਂ ਪਾਕਿਸਤਾਨੀ ਵੀਰ ਕਰਾ ਰਹੇ ਨੇ ਕਿ ਜੇ ਤੁਹਾਨੂੰ ਕੋਈ ਨੰਬਰ ਚਾਹੀਦਾ ਹੋਇਆ ਤਾਂ ਇਹ ਆਪਣਾ ਗਿੱਲਵੇਤਾ ਚੈਨਲ ਦਾ ਵੀਰ ਆਪਣਾ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂਗਾ ਅਤੇ ਤੁਸੀਂ ਉੱਥੋਂ ਨੰਬਰ ਲੈ ਲਿਓ ਮੈਂ ਜਿਹਦੇ ਕੋਲ ਕੀਤਾ ਸੀਗਾ ਫਜ਼ਲ ਹੈਗਾ ਪਾਕਿਸਤਾਨੀ ਹੈਗਾ ਉਹ ਮੁੰਡੇ ਨੇ ਆਪਣੇ ਤਕਰੀਬਨ ਇੰਨਿਆਂ ਕੁ ਨੂੰ ਕਰਾਇਆ ਗਾ ਆਪਣੀਆਂ ਇੱਥੇ ਇੰਨੀਆਂ ਕੁ ਲੇਡੀਜ਼ ਉੱਥੇ ਲਾਇਸੈਂਸ ਕਰ ਚੁੱਕੀਆਂ ਨੇਗੀਆਂ ਵੀ ਇਹ ਨਾ ਈਜ਼ੀ ਹੋ ਚੁੱਕਿਆ ਗਾ ਲਾਇਸੈਂਸ ਵੀ ਆਪਾਂ ਜੇ ਕਿਸੇ ਮਾਲਕ ਨਾਲ ਇਟਾਲੀਅਨ 'ਚ ਗੱਲ ਕਰ ਰਹੇ ਹਾਂ ਉਹ ਆਪਾਂ ਨੂੰ ਔਖੀ ਲੱਗਦੀ ਆ ਇਟਲੀ ਦੇ ਵਿੱਚ ਹੁਣ ਲਾਇਸੈਂਸ ਲੈਣਾ ਇੰਨਾ ਸੌਖਾ ਹੋ ਗਿਆ ਕਿਉਂਕਿ ਆਪਣੇ ਵੀਰਾਂ ਨੇ ਰਾਹੀ ਇਹੋ ਜਿਹੇ ਲੱਭ ਲੈਣੇਗੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਠੀਕ ਹੈ ਜੀ
ਤੇ ਇੱਕ ਦੋ ਮੇਰੇ ਸਵਾਲ ਸੀ, ਜਿਵੇਂ ਆਪਾਂ ਤੁਸੀਂ ਦੱਸਿਆ ਵੀ ਆਪਣੇ ਵੀਰ ਭਾਈ ਆਪਣੇ ਆਨਲਾਈਨ ਕਲਾਸਾਂ ਲਾਉਂਦੇ ਨੇ, ਪਾਕਿਸਤਾਨੀ ਹੋ ਗਏ, ਇੰਡੀਅਨ ਹੋ ਗਏ, ਇਹਨਾਂ ਦਾ ਟਾਈਮ ਟੇਬਲ ਕੀ ਹੁੰਦਾ, ਨਾਈਟ ਦੇ ਬਣਾਉਂਦੇ ਨੇ ਵੀ ਕੀ ਹਿਸਾਬ ਕਿਤਾਬ? ਇਹਨਾਂ ਦਾ ਟਾਈਮ ਟੇਬਲ ਤਕਰੀਬਨ ਹੁੰਦਾ ਗਾ, ਇੱਕ ਤਾਂ ਆਪਣੇ ਕਲਾਸਾਂ ਲਾਉਣ ਨੇ ਜਿਹੜੇ ਆਪਣੇ ਸਤਾਲੇ ਵਾਲੇ ਵੀਰ ਕੰਮ ਕਰਦੇ ਨੇ, ਕਿ ਉਹਨਾਂ ਨੂੰ ਪਤਾ ਸਾਰਿਆਂ ਨੂੰ ਵੀ 8 ਵਜੇ ਤੋਂ ਪਹਿਲਾਂ ਨੀ ਫ੍ਰੀ ਹੋ ਸਕਦੇ, 8:30 to 9:30 ਤੱਕ ਕਲਾਸ ਆ। ਅੱਛਾ, ਤੇ ਕੁਛ ਵੀਰਾਂ ਨੇ ਆਪਣੇ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਨੇਗੀਆਂ, ਵੀ ਉਹ ਐਪਲੀਕੇਸ਼ਨਾਂ ਦੇ ਵਿੱਚ ਜਿਵੇਂ ਆਪਾਂ ਨੇ ਉਹਨਾਂ ਨੂੰ 300-400 ਰੁਪਇਆ ਦੇਤਾ, ਉਹ ਆਪਣੇ ਕੋਲ ਐਪਲੀਕੇਸ਼ਨ ਉਦੋਂ ਤੱਕ ਹੈਗੀ ਹੈਗੀ ਜਦੋਂ ਤੱਕ ਆਪਣਾ ਲਾਇਸੈਂਸ ਕਲੀਅਰ ਨਹੀਂ ਹੋ ਜਾਂਦਾ ਗਾ, ਉਹਨਾਂ ਨੇ ਕੋਡ ਦਿੱਤੇ ਹੁੰਦੇ ਨੇਗੇ। ਠੀਕ ਆ। ਤੇ ਜਿਹੜੇ ਆਨਲਾਈਨ ਕਲਾਸਾਂ ਲਗਾ ਰਹੇ ਨੇਗੇ, ਉਹਨਾਂ ਨੇ ਹਫ਼ਤੇ ਦੇ ਵਿੱਚ ਸਾਨੂੰ 3 ਦਿਨ ਜਾਂ 4 ਦਿਨ ਕਲਾਸਾਂ ਲਵਾਉਣੀਆਂ ਨੇਗੀਆਂ, ਜਿਵੇਂ ਸੋਮਵਾਰ ਹੋ ਗਿਆ, ਬੁੱਧਵਾਰ ਹੋ ਗਿਆ, ਸ਼ੁੱਕਰਵਾਰ ਹੋ ਗਿਆ, 3 ਦਿਨ ਲਗਾਉਣੀਆਂ, ਬਾਕੀ ਜਿਹੜਾ 1 ਦਿਨ ਜਿਵੇਂ ਕਲਾਸ ਲਗਾ ਲਈ ਸੋਮਵਾਰ ਵਾਲੇ ਦਿਨ, ਤੇ ਮੰਗਲਵਾਰ ਨੂੰ ਅਸੀਂ ਆਪਣੀ ਤਿਆਰੀ ਕਰ ਸਕਦੇ ਹਾਂ ਉਹਦੇ ਵਿੱਚ। ਉਹਦੇ ਵਿੱਚ ਬਹੁਤ ਤਰੀਕੇ ਵਧੀਆ ਨਾਲ ਸਮਝਾ ਰਹੇ ਨੇ, ਉਹ ਪਾਕਿਸਤਾਨੀ ਵੀਰ ਹੈਗਾ ਜਿਹੜਾ ਫਜ਼ਲ ਜਿਹਦੇ ਕੋਲ ਮੈਂ ਕੀਤਾ ਗਾ, ਜਾਣੀ ਮੈਨੂੰ ਜਦੋਂ ਮੈਂ ਲਾਇਸੈਂਸ ਪਹਿਲਾਂ ਕਰਨ ਲੱਗਿਆ ਮੈਨੂੰ ਇੱਦਾਂ ਸੀਗਾ ਵੀ ਇਹ ਤਾਂ ਬਹੁਤ ਮੁਸ਼ਕਲ ਆ ਗਿਆ, ਵੀ ਇਹ ਹੋ ਨਹੀਂ ਸਕਦਾ, ਤੇ ਜਦੋਂ ਉਹਨੇ ਇਹੋ ਜਿਹੇ ਸੌਖੇ ਤਰੀਕੇ ਨਾਲ ਵੀ ਸਾਡੇ ਮਾਇੰਡ ਦੇ ਵਿੱਚ ਗੱਲਾਂ ਪਈਆਂ, ਸਾਨੂੰ ਐਂ ਲੱਗਿਆ ਲਾਇਸੈਂਸ ਇਹ ਤੋਂ ਸੌਖਾ ਕਿਸੇ ਪਾਸੇ ਅਸੀਂ ਕਰ ਹੀ ਨਹੀਂ ਸਕਦੇ। ਅੱਛਾ, ਇਹ ਜਿਹੜਾ ਵੀਰ ਭਾਈ ਆਪਾਂ ਨੂੰ ਆਨਲਾਈਨ ਕਰਾਉਂਦੇ, ਟੈਸਟ ਵੀ ਲੈਂਦਾ ਆਪਣਾ? ਹਾਂ, ਇਹਨੇ ਆਪਣਾ ਟੈਸਟ ਲੈਣਾ ਗਾ, ਜਦੋਂ ਆਪਣਾ ਉੱਥੇ ਜਾਣੇ ਲੈਸਨ ਹੁੰਦੇ ਨੇ, 25 ਲੈਸਨ ਹੁੰਦੇ ਨੇਗੇ, ਜਾਂ ਆਪਣਾ 1 ਲੈਸਨ ਕਲੀਅਰ ਹੋ ਗਿਆ, ਉਦੋਂ ਬਾਅਦ ਦੇ ਵਿੱਚ ਉਹਨੇ ਫਜ਼ਲ ਨੇ ਸਾਨੂੰ ਕਹਿਣਾ ਗਾ ਵੀ ਤੁਸੀਂ ਆਪਦੇ ਕੁਐਸਚਨ ਕਰੋ, ਜਿਹਨਾਂ ਨੂੰ ਆਪਾਂ ਕੁਐਸਚਨ ਕਹਿ ਦਿੰਦੇ ਹਾਂਗੇ, ਵੀ ਜਿਹੜਾ ਕੋਈ ਚੀਜ਼ ਦੀ ਨਹੀਂ ਸਮਝ ਆਈ, ਜਿਹੜੇ ਤੁਸੀਂ ਗਲਤੀ ਕੀਤੀ ਉਹਦੇ ਬਾਰੇ ਮੈਨੂੰ ਪੁੱਛੋ, ਆਪਾਂ ਨੂੰ ਸਕਰੀਨਸ਼ੋਟ ਭੇਜ ਸਕਦੇ ਹਾਂਗੇ, ਉਹ ਆਪਾਂ ਨੂੰ ਵਧੀਆ ਤਰੀਕੇ ਨਾਲ ਸਮਝਾ ਸਕਦਾ ਗਾ। ਮਤਲਬ ਵੀ ਉਹਨੇ ਟੈਸਟ ਲੈਣਾ ਵੀ ਹਫ਼ਤੇ ਦਾ, ਜਿਵੇਂ ਆਪਣਾ ਲੈਸਨ ਇੱਕ ਕੰਪਲੀਟ ਕਰ ਲਿਆ, ਉਦੋਂ ਬਾਅਦ ਟੈਸਟ ਲੈਣਾ, ਨੈਕਸਟ ਲੈਸਨ ਸ਼ੁਰੂ ਕਰ ਲਿਆ, ਫਿਰ ਉਹਦਾ ਟੈਸਟ, ਫਿਰ ਉਹਦਾ ਟੈਸਟ ਲੈਣਾ, ਫਿਰ ਜਦੋਂ 4-5 ਲੈਸਨ ਇਕੱਠੇ ਹੋ ਗਏ, ਫਿਰ 4-5 ਦਾ ਇਕੱਠੇ ਕਰਕੇ ਉਹਨੇ ਟੈਸਟ ਲੈਣਾ। ਅੱਛਾ, ਜਿਹਨੂੰ ਮਤਲਬ ਤਕਰੀਬਨ ਆਪਣੀ ਬੋਲੀ ਨਹੀਂ ਆਉਂਦੀ ਕਿ ਨਵਾਂ ਬੰਦਾ, ਜਿਵੇਂ ਆਪਣੇ ਕੋਲ ਸੰਜੋਰ ਨੂੰ ਲੈ ਲਈ, ਵਰਕ ਪਰਮਿਟ ਵਾਲੇ ਨੇ ਆਪਣੇ ਰਾਈਡਰ ਸਾਹਿਬ ਬਣਾ ਲਿਆ, ਜਿਹਨੂੰ ਨਹੀਂ ਬੋਲੀ ਆਉਂਦੀ, ਉਹ ਤਕਰੀਬਨ ਉਹਨੂੰ ਸਕੂਲ ਤੋਂ ਜਾਣ ਤੋਂ ਪਹਿਲਾਂ ਇਹ ਵੀਰ ਭਾਈ ਨਾਲ ਕੰਟੈਕਟ ਕਰਨਾ ਚਾਹੀਦਾ। ਹਾਂ, ਕਿਉਂਕਿ ਜਿਹੜੇ ਆਪਣੇ ਇੰਡੀਅਨ ਹੋ ਗਏ, ਪਾਕਿਸਤਾਨੀ ਹੋ ਗਏ, ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਜਿਹੜੇ ਆਪਣਾ ਵੀਰ ਪਾਕਿਸਤਾਨ ਦਾ ਫਜ਼ਲ ਹੈਗਾ ਨਾ, ਤੇ ਜਾਂ ਕੋਈ ਆਪਣੇ ਹੋਰ ਵੀਰ ਵੀ ਹੋਣਗੇ ਜਿਨ੍ਹਾਂ ਨੂੰ ਐਂ ਆ ਵੀ ਅਸੀਂ ਕਰ ਨਹੀਂ ਸਕਦੇ, ਸਾਨੂੰ ਬੋਲੀ ਨਹੀਂ ਆਉਂਦੀ, ਉਹਨੇ ਆਪਾਂ ਨੂੰ 1 ਮਹੀਨਾ ਕਲਾਸਾਂ ਸਾਡੀਆਂ ਫ੍ਰੀ ਲਗਾਉਣੀਆਂ ਨੇਗੀਆਂ, ਫਿਰ ਉਦੋਂ ਬਾਅਦ ਉਹਨੇ ਕਹਿਣਾ ਗਾ ਜੇ ਤੁਹਾਡੇ ਸਮਝ ਦੇ ਵਿੱਚ ਆਇਆ ਤੁਸੀਂ ਮੈਨੂੰ ਫੀਸ ਪੇ ਕਰ ਦਿਓ ਅਤੇ ਅੱਗੇ ਕੰਟੀਨਿਊ ਰਹੋ, ਅਤੇ ਜਿਨ੍ਹਾਂ ਨੂੰ ਨਹੀਂ ਸਮਝ ਆਇਆ ਵਿੱਚ ਵਿਚਾਲੇ ਛੱਡ ਸਕਦੇ ਨੇਗੇ। ਅੱਛਾ, ਇਹ ਤਕਰੀਬਨ ਉਹ ਆਪਾਂ ਨੂੰ 30% ਤਾਂ ਬੋਲੀ ਆਉਣੀ ਚਾਹੀਦੀ ਹੈ ਨਾ? ਹਾਂ, 25% 30% ਬੋਲੀ ਇੰਨੀ ਕੁ ਆਉਣੀ ਚਾਹੀਦੀ ਹੈ, ਇੰਨੀ ਕੁ ਨੋਰਮਲ ਆ ਹਰੇਕ ਨੂੰ ਉੱਥੇ ਆਉਂਦੀ ਹੋਈ ਹੈਗੀ ਬੋਲੀ, ਜਿਹੜਾ ਮਾਲਕ ਨਾਲ ਕੰਮ ਕਰਦਾ, ਜਿਹਨੇ ਹੁਣ ਅਕਸਰ ਨੂੰ ਪੇਪਰ ਲੈਤੇ ਨੇ, ਉਹਨੂੰ 2-3-4 ਸਾਲ ਗਾਲ ਕੇ ਉਹਨੇ ਪੇਪਰ ਲੈਤੇ ਨੇ, ਇੰਨੀ ਕੁ ਉਹਨੂੰ ਵੀਰ ਨੂੰ ਬੋਲੀ ਆਉਂਦੀ ਹੋਣੀ ਹੈਗੀ, ਫਿਰ ਮੇਰੇ ਹਿਸਾਬ ਨਾਲ ਕੋਈ ਇੱਦਾਂ ਦਾ ਹੋਣਾ ਨੀਗਾ ਜਿਹਨੂੰ 20-25% ਵੀ ਬੋਲੀ ਨਾ ਆਉਂਦੀ। ਨਹੀਂ, ਜਿਵੇਂ ਹੁਣ ਤਕਰੀਬਨ ਜਿਹਨੂੰ 0% ਆਉਂਦੀ ਆ, ਹੁਣ ਸਕੂਲ 'ਚ ਜਾਂਦਾ, ਉਹਨਾਂ ਨੂੰ ਵੀ ਦਿੱਕਤ ਤਾਂ ਆਉਂਦੀ ਆ, ਜੇ ਆਪਾਂ ਕਲਾਸਾਂ ਲਾਉਂਦੇ ਇੱਕ ਸਾਈਡ 'ਤੇ, ਕੱਲ ਨੂੰ ਆਪਣੇ ਕੋਲ ਬੋਲੀ ਨਹੀਂ ਆਉਂਦੀ, ਆਪਾਂ ਨਹੀਂ ਬੋਲੀ ਸਿੱਖਦੇ, ਆਪਾਂ ਸਿੱਧਾ ਸਕੂਲ 'ਚ ਜਾਂਦੇ ਹਾਂ, ਫਿਰ ਵੀ ਚੱਕਰ ਤਾਂ ਪੈਂਦਾ ਹੀ ਆ ਚੱਕਰ। ਹਾਂ, ਸਕੂਲ ਦੇ ਵਿੱਚ ਜਦੋਂ ਜਾਂਦੇ ਹਾਂ ਸਾਨੂੰ ਵੱਡਾ ਚੱਕਰ ਪੈਂਦਾ, ਕਿਉਂਕਿ ਉੱਥੇ ਸਾਨੂੰ ਉਹਨਾਂ ਨੇ ਸਾਨੂੰ ਕਲਾਸਾਂ ਲਵਾਉਣੀਆਂ ਨੇਗੀਆਂ ਲਾਇਸੈਂਸ ਦੀਆਂ, ਸਾਨੂੰ ਕੋਈ ਟਰਾਂਸਲੇਟ ਕਰਨ ਵਾਲਾ ਨਹੀਂ ਹੁੰਦਾ, ਕੋਈ ਨਹੀਂ ਹੁੰਦਾ ਹੈਗਾ, ਉਹਦੇ ਵਿੱਚ ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ। ਇਸ ਜਿਹੜੇ ਕਿ ਮੈਂ ਆਪਣੇ ਦੇਖੇ ਨੇਗੇ ਇਟਲੀ ਦੇ ਵਿੱਚ, ਜਿੰਨੇ ਕੁ ਬੱਚਿਆਂ ਨੇ ਆਪਣੇ ਸਾਰਿਆਂ ਨੇ ਪੇਪਰ ਲਏ ਨੇ, 18 ਸਾਲ ਤੋਂ ਉੱਤੇ ਦਿਆਂ ਨੇ ਪੇਪਰ ਦੇ ਕੇ ਉਹਨਾਂ ਨੇ ਲਾਇਸੈਂਸ ਲੈਤਾ ਗਾ, ਮੇਰੇ ਹਿਸਾਬ ਦੇ ਨਾਲ 90% ਉਹ ਨੇਗੇ ਜਿਨ੍ਹਾਂ ਨੇ ਆਪਣੇ ਇੰਡੀਅਨ ਪਾਕਿਸਤਾਨ ਵਾਲਿਆਂ ਕੋਲ ਕਲਾਸਾਂ ਲਾ ਕੇ ਲੈਤੇ ਨੇਗੇ। ਤਕਰੀਬਨ ਬਹੁਤ ਦੁਨੀਆ ਨੇ ਕਰ ਲਿਆ ਲਾਇਸੈਂਸ। ਹਾਂ, ਹੁਣ ਬਹੁਤ ਜ਼ਿਆਦਾ ਕਰ ਚੁੱਕੇ ਨੇਗੇ। ਇਹ ਚੀਜ਼ਾਂ ਦਾ ਬਸ ਥੋੜ੍ਹਾ ਜਿਹਾ ਧਿਆਨ ਰੱਖਣਾ ਗਾ ਵੀ ਸਾਨੂੰ ਵੀ ਜਿਵੇਂ ਸਾਡੇ ਕੋਲ ਹੁਣ ਸੰਜੋਰ ਨੂੰ ਹੈਗੀ ਹੈਗੀ, ਸਭ ਤੋਂ ਪਹਿਲਾਂ ਇੱਕ ਵੀਰ ਹੁੰਦੇ ਨੇ 9 ਮਹੀਨੇ ਵਾਲੇ ਸੰਜੋਰ ਨੂੰ ਤੇ ਲਾਇਸੈਂਸ ਕਰਨ ਲੱਗ ਜਾਂਦੇ ਨੇਗੇ, ਪਰ ਉਹਨਾਂ 'ਤੇ ਆਪਾਂ ਲਾਇਸੈਂਸ ਲੈ ਨਹੀਂ ਸਕਦੇ ਗੇ, ਆਪਣੀ ਤਿਆਰੀ ਘਰ ਬੈਠ ਕੇ ਕਰ ਸਕਦੇ ਹਾਂ, ਕਿਉਂਕਿ ਉਹਦੇ ਲਈ ਆਪਾਂ ਨੂੰ ਸੰਜੋਰ ਨੂੰ ਚਾਹੀਦੀ ਹੈਗੀ ਸਾਡੀ ਸਾਲ ਵਾਲੀ, ਜਿਹਨੂੰ ਲਵੋਰੋ ਸਵਰਦੀ ਨਾ ਤੋਂ ਕਿਹਾ ਜਾਂਦਾ ਗਾ, ਅਤੇ ਜਿਹੜੀ 9 ਮਹੀਨੇ ਵਾਲੀ ਉਹਨੂੰ ਲਵੋਰੋ ਤਾਜੀ ਨਾਲੇ ਕਿਹਾ ਜਾਂਦਾ, ਉਹਦੇ 'ਤੇ ਅਸੀਂ ਪੇਪਰ ਨਹੀਂ ਦੇ ਸਕਦੇ ਗੇ, ਆਪਣੀ ਘਰੇ ਤਿਆਰੀ ਕਰ ਸਕਦੇ ਹਾਂ, ਸਕੂਲ 'ਚ ਐਡਮਿਸ਼ਨ ਕਰਾ ਸਕਦੇ ਹਾਂ, ਐਡਮਿਸ਼ਨ ਕਰਾ ਸਕਦੇ ਹਾਂ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਗੀ, ਬਸ ਅਸੀਂ ਆਪਣਾ ਐਗਜ਼ਾਮ ਨਹੀਂ ਦੇ ਸਕਦੇ ਉਹਦੇ ਵਿੱਚ। ਜਿਵੇਂ ਮਤਲਬ ਵੀ 2 ਸਾਲ ਤੋਂ ਪਹਿਲਾਂ ਜਦੋਂ ਆਪਣੀ ਚੇਂਜ ਹੋਣੀ ਆ, ਉਦੋਂ ਪਹਿਲਾਂ ਆਪਣੀ ਪੂਰੀ ਪ੍ਰੋਪਰ ਤਿਆਰੀ ਕਰ ਸਕਦਾ ਉਨੇ ਟਾਈਮ 'ਚ, 3-4 ਮਹੀਨਿਆਂ 'ਚ ਤਕਰੀਬਨ, ਜਦੋਂ ਉਹਨੂੰ ਸਾਲ ਵਾਲੀ ਮਿਲਦੀ ਉਦੋਂ ਬਾਅਦ ਐਗਜ਼ਾਮ ਦੇ ਸਕਦਾ, ਆਪਣਾ ਆਪਣਾ ਲੈ ਸਕਦਾ ਡਰਾਈਵਰ ਲਾਇਸੈਂਸ। ਹਾਂ, ਕੋਈ ਪ੍ਰੋਬਲਮ ਨਹੀਂ। ਆ ਵੀਰੇ ਆਪਣਾ ਉੱਥੇ ਦਾ ਲਾਇਸੈਂਸ ਆ ਵੀਰ ਭਾਈ ਦਾ, ਅਤੇ ਆਪਣੇ ਵਾਲੇ ਤਾਂ ਘਰੇ ਪਏ ਨੇ, ਪਿੱਛੋਂ ਬੈਕ ਸਾਈਡ ਤੋਂ ਇੱਦਾਂ ਦਾ ਹੁੰਦਾ, ਇਹ ਸਾਰਾ ਕੁਛ ਲਿਖਿਆ ਹੁੰਦਾ ਇਹਦੇ 'ਚ ਵੀ ਕਿਹੜੀ ਗੱਡੀ ਦਾ ਕਿਵੇਂ ਹਿਸਾਬ ਕਿਤਾਬ ਕਿਵੇਂ ਕਿਵੇਂ। ਤਾਂ ਹੀ ਵੀਰੋ ਮੈਂ ਕਹਿਣਾ ਹੁੰਦਾ ਥੋੜ੍ਹੀ ਜਿਹੀ ਬੋਲੀ ਵੀ ਸਿੱਖਿਆ ਕਰੋ, ਜਿਵੇਂ ਤੁਸੀਂ ਆਪਣਾ ਡਰਾਈਵਰੀ ਲਾਇਸੈਂਸ ਲੈਣਾ, ਤੁਸੀਂ ਆਪਣੇ ਆਨਲਾਈਨ ਵੀਰ ਭਾਈ ਇੰਡੀਅਨ ਹੋ ਗਿਆ ਪਾਕਿਸਤਾਨੀ, ਉਹਨਾਂ ਤਿਆਰੀ ਕਰ ਸਕਦੇ ਹੋ, ਜੇ ਤੁਹਾਨੂੰ ਨਹੀਂ ਪਸੰਦ ਆਉਂਦਾ
ਇੰਨਾ ਸੁੱਖ ਹੋ ਜਾਂਦਾ ਤੁਹਾਨੂੰ ਜੇ ਇਟਾਲੀਅਨ ਨਹੀਂ ਆਉਂਦੀ ਜਿਹੜੀ ਚੀਜ਼ ਦੀ ਨਹੀਂ ਸਮਝ ਲੱਗਦੀ ਹੈਗੀ ਤੁਸੀਂ ਉਹ ਤੋਂ ਪੁੱਛ ਸਕਦੇ ਹੋ ਬਹੁਤ ਆਸਾਨੀ ਨਾਲ ਸਮਝਾਉਂਦੇ ਨੇ ਪਿਆਰ ਨਾਲ ਸਮਝਾਉਂਦੇ ਨੇ ਆਪਣੇ ਫੋਨ 'ਤੇ ਔਨਲਾਈਨ ਕਲਾਸਾਂ ਲਾਉਂਦੇ ਨੇ ਅਤੇ ਤੁਹਾਨੂੰ ਕੰਮ ਛੱਡਣ ਦੀ ਲੋੜ ਨਹੀਂ ਇੱਕ ਜਗ੍ਹਾ 'ਤੇ ਆਪਣੇ ਰੂਮ 'ਚ ਬਹਿ ਕੇ ਨਾਈਟ ਦੇ ਟਾਈਮ ਨਾਲ ਉਹਦੇ ਨਾਲ ਆਪਣਾ ਟਾਈਮ ਟੇਬਲ ਬਣਾਓ ਵੀ ਮੈਂ ਇੰਨੇ ਟਾਈਮ ਨੂੰ ਫ੍ਰੀ ਹੁੰਦਾ ਅਤੇ ਤੁਸੀਂ ਆਪਦਾ ਉਹਦਾ ਸੰਪਰਕ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਆਪਣੇ ਸਕੂਲ 'ਚ ਐਡਮਿਸ਼ਨ ਲਓ। ਮੈਂ ਸਾਰਿਆਂ ਨੂੰ ਪਹਿਲਾਂ ਕਹਿੰਦਾ ਹੁੰਦਾ ਵੀਰੇ ਥੋੜ੍ਹੀ ਮੋਟੀ ਬੋਲੀ ਸਿੱਖਿਆ ਕਰੋ ਕਿਉਂਕਿ ਜਦੋਂ ਤੁਸੀਂ ਸਕੂਲ 'ਚ ਜਾਣਾ ਤੁਹਾਡੇ ਮੂਹਰੇ ਕਿਤਾਬ ਮੂਹਰੇ ਕਰਤੀ ਅਤੇ ਤੁਹਾਨੂੰ ਪੜ੍ਹਨੀ ਨਾ ਆਈ ਫਿਰ ਤੁਹਾਨੂੰ ਦਿੱਕਤ ਆਉਣੀ ਆ ਉਹਨਾਂ ਨੂੰ ਇਹ ਡਾਊਟ ਹੋ ਜਾਣਾ ਵੀ ਇਹ ਪੈਸੇ ਦੇ ਕੇ ਫਰੋਡ ਕਰਕੇ ਇੱਥੋਂ ਲੈਣ ਦੀ ਕੋਸ਼ਿਸ਼ ਕਰੂਗਾ ਡਰਾਈਵਰੀ ਲਾਇਸੈਂਸ ਕਿਉਂਕਿ ਇਹਨੂੰ ਬੋਲੀ ਤਾਂ ਆਉਂਦੀ ਨਹੀਂ ਹੈਗੀ ਵੀ ਜੇ ਬੋਲੀ ਨਹੀਂ ਆਉਂਦੀ ਹੈਗੀ ਅਤੇ ਪੜੂਗਾ ਕਿਵੇਂ ਅਤੇ ਕੁਐਸਚਨ ਦਾ ਆਂਸਰ ਕਿਵੇਂ ਦਊਗਾ। ਸਾਰਿਆਂ ਨੂੰ ਜ਼ਰੂਰੀ ਹੁੰਦੀ ਆ ਬੋਲੀ ਜ਼ਰੂਰ ਸਿੱਖਿਆ ਕਰੋ ਇਹ ਤੋਂ ਬਿਨਾਂ ਕੁਛ ਨਹੀਂ ਹੈਗਾ। ਤੁਸੀਂ ਬੋਲੀ ਸਿੱਖ ਕੇ ਜੋ ਤੁਹਾਡੇ ਕੋਲ ਆਪਣਾ ਡਰਾਈਵਰ ਲਾਇਸੈਂਸ ਹੈਗਾ ਅੱਗੇ ਜੋਬ ਲੈਣੀ ਆ ਉੱਥੇ ਤੁਹਾਨੂੰ ਬੋਲੀ ਦੀ ਬਹੁਤ ਜ਼ਰੂਰਤ ਪੈਣੀ ਆ ਕਿਉਂਕਿ ਉੱਥੇ ਕੋਲ ਤੁਹਾਡਾ ਕੋਈ ਟਰਾਂਸਲੇਟ ਨਹੀਂ ਹੋਣਾ ਨਾ ਤੁਹਾਡੇ ਕੋਲ ਔਨਲਾਈਨ ਆਪਣਾ ਅਧਿਆਪਕ ਹੋਣਾ। ਇਹ ਸਿਰਫ ਤੁਸੀਂ ਆਪਣਾ ਕੰਮ ਲੱਭਣਾ ਅਤੇ ਉਹਨੇ ਤੁਹਾਨੂੰ ਕੰਮ ਦੱਸਣਾ ਵੀ ਇੱਥੋਂ ਤੋਂ ਇੱਥੇ ਡਿਲੀਵਰੀ ਕਰ ਦੇ ਇੱਥੇ ਤੋਂ ਇੱਥੇ ਸਮਾਨ ਪਹੁੰਚਾ ਦੇ ਅਤੇ ਬੋਲੀ ਤੁਹਾਨੂੰ ਬਹੁਤ ਲੋੜ ਪੈਣੀ। ਧੰਨਵਾਦ ਵੀਰ ਜੀ ਤੁਹਾਡਾ ਇੰਨੀ ਕੁ ਵੀਡੀਓ ਦਾ ਆਪਣਾ ਸਾਰਾ ਦੱਸਣ ਲਈ। ਚਲੋ ਮਿਲਦੇ ਹਾਂ ਅਗਲੇ ਵੀਡੀਓ ਚਾਹ ਚਿਵਦੇ ਆਮ।